ਸੰਗਤਾਂ ਜਿਹੜੀਆਂ ਨੇ ਸ਼ਹੀਦਾਂ ਦੀ ਧਰਤੀ 'ਤੇ ਲੱਖਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੀਆਂ ਨੇ। ਸੰਗਤਾਂ ਤਾਂ ਪਹੁੰਚਦੀਆਂ ਹੀ ਨੇ ਗੁਰੂ ਦੇ ਦਰ 'ਤੇ ਨਤਮਸਤਕ ਹੁੰਦੀਆਂ, ਲੇਕਿਨ ਇੱਥੇ ਪੁਲਿਸ ਦਾ ਇੱਕ ਬੜਾ ਵੱਡਾ ਰੋਲ ਜਿਹੜਾ ਅਦਾ ਕੀਤਾ ਜਾਂਦਾ, ਉਹਨਾਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਸੋ ਸੰਗਤਾਂ ਨੂੰ ਲੈ ਕੇ ਕੀ ਪ੍ਰਬੰਧ ਹੋਏ? ਪਰ ਇਸ ਵਾਰੀ ਅਸੀਂ ਦੇਖ ਰਹੇ ਹਾਂ ਕਿ 22 ਤਰੀਕ ਤੋਂ ਜੀ ਇੱਥੇ ਸੰਗਤਾਂ ਦਾ ਦੀ ਆਮਦ ਸ਼ੁਰੂ ਹੋ ਗਈ ਜੀ, ਇਸੇ ਸੰਖਿਆ ਦੇ ਨਾਲ ਕਾਫੀ ਭਾਰੀ ਸੰਖਿਆ ਦੇ ਵਿੱਚ ਇਸ ਸਾਲ ਜਿਹੜੀ ਹੈ ਸੰਗਤ ਹੁਣ ਤੱਕ ਫਤਿਹਗੜ੍ਹ ਸਾਹਿਬ ਪਹੁੰਚੀ ਹੈ ਜੀ ਮੱਥਾ ਟੇਕ। ਕਾਫੀ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ, 21 ਥਾਵਾਂ 'ਤੇ ਪਾਰਕਿੰਗ ਸਪੋਟਸ ਬਣਾਏ ਗਏ ਨੇ, ਚੈੱਕ ਬੈਰੀਅਰ ਨੇ ਥਾਂ ਥਾਂ 'ਤੇ, ਅਤੇ ਇੱਕ ਤਰੀਕੇ ਨਾਲ ਜਿਹੜਾ ਪੂਰਾ ਸ਼ਹਿਰ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਵਹੀਕਲ ਫ੍ਰੀ ਜ਼ੋਨ ਬਣਾਇਆ ਗਿਆ ਜੀ, ਤਾਂ ਜੋ ਜਿਹੜੀ ਸੰਗਤ ਇੱਥੇ ਮੱਥਾ ਟੇਕਣ ਆ ਰਹੀ ਹੈ ਜੀ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਮੌਜੂਦ ਆ, ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ, ਅਤੇ ਇੱਥੇ ਪੁਲਿਸ ਦੇ ਵੱਲੋਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੜੇ ਹੀ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ, ਹਰ ਇੱਕ ਨਿੱਕੀ ਨਿੱਕੀ ਚੀਜ਼ ਦਾ ਧਿਆਨ ਜਿਹੜਾ ਰੱਖਿਆ ਗਿਆ। ਇੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ, ਉਸ ਦੇ ਨਾਲ ਗੱਲਬਾਤ ਜਿਹੜੀ ਹੈ ਪੂਰੀ ਇਸ ਬਾਬਤ ਅਸੀਂ ਕਰਾਂਗੇ। ਸਾਡੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੇ SSP ਰਵਜੋਤ ਗਰੇਵਾਲ ਮੌਜੂਦ ਨੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ ਦਾ ਸਮਾਂ। ਧੰਨਵਾਦ ਜੀ, ਥੈਂਕ ਯੂ। ਇੱਥੇ ਸੰਗਤਾਂ ਜਿਹੜੀਆਂ ਨੇ ਸ਼ਹੀਦਾਂ ਦੀ ਧਰਤੀ 'ਤੇ ਲੱਖਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੀਆਂ ਨੇ, ਸੰਗਤਾਂ ਤਾਂ ਪਹੁੰਚਦੀਆਂ ਹੀ ਨੇ ਗੁਰੂ ਦੇ ਦਰ 'ਤੇ ਨਤਮਸਤਕ ਹੁੰਦੀਆਂ, ਲੇਕਿਨ ਇੱਥੇ ਪੁਲਿਸ ਦਾ ਇੱਕ ਬੜਾ ਵੱਡਾ ਰੋਲ ਜਿਹੜਾ ਅਦਾ ਕੀਤਾ ਜਾਂਦਾ, ਉਹਨਾਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਸੋ ਸੰਗਤਾਂ ਨੂੰ ਲੈ ਕੇ ਕੀ ਪ੍ਰਬੰਧ ਜਿਹੜੇ ਜੀ? ਜਿੱਦਾਂ ਕਿ ਤੁਸੀਂ ਦੱਸਿਆ ਜੀ ਕਿ ਅੱਜ ਸਭਾ ਦਾ ਪਹਿਲਾ ਦਿਨ ਹੈ ਜੀ, ਸ਼ਹੀਦੀ ਸਭਾ ਹਰ ਸਾਲ ਫਤਿਹਗੜ੍ਹ ਸਾਹਿਬ ਵਿਖੇ 3 ਦਿਨ ਮਨਾਈ ਜਾਂਦੀ ਹੈ ਜੀ, ਪਰ ਇਸ ਵਾਰੀ ਅਸੀਂ ਦੇਖ ਰਹੇ ਹਾਂ ਕਿ 22 ਤਰੀਕ ਤੋਂ ਜੀ ਇੱਥੇ ਸੰਗਤਾਂ ਦਾ ਦੀ ਆਮਦ ਸ਼ੁਰੂ ਹੋ ਗਈ ਜੀ, ਇਸੇ ਸੰਖਿਆ ਦੇ ਨਾਲ ਕਾਫੀ ਭਾਰੀ ਸੰਖਿਆ ਦੇ ਵਿੱਚ ਇਸ ਸਾਲ ਜਿਹੜੀ ਹੈ ਸੰਗਤ ਹੁਣ ਤੱਕ ਫਤਿਹਗੜ੍ਹ ਸਾਹਿਬ ਪਹੁੰਚੀ ਹੈ ਜੀ ਮੱਥਾ ਟੇਕਣ, ਅਤੇ ਇਹ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ, ਅਤੇ 4000 ਤੋਂ ਵੱਧ ਹੈ ਜਿਹੜੇ ਪੁਲਿਸ ਕਰਮੀ ਅਤੇ ਵੱਖ ਵੱਖ ਵਾਲੰਟੀਅਰਸ ਵੱਖ ਵੱਖ ਥਾਵਾਂ 'ਤੇ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਵਿੱਚ ਡਿਪਲੋਏ ਕੀਤੇ ਗਏ ਨੇ ਜੀ। ਕਾਫੀ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ, 21 ਥਾਵਾਂ 'ਤੇ ਪਾਰਕਿੰਗ ਸਪੋਟਸ ਬਣਾਏ ਗਏ ਨੇ, ਚੈੱਕ ਬੈਰੀਅਰ ਨੇ ਥਾਂ ਥਾਂ 'ਤੇ, ਅਤੇ ਇੱਕ ਤਰੀਕੇ ਨਾਲ ਜਿਹੜਾ ਪੂਰਾ ਸ਼ਹਿਰ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਵਹੀਕਲ ਫ੍ਰੀ ਜ਼ੋਨ ਬਣਾਇਆ ਗਿਆ ਜੀ, ਤਾਂ ਜੋ ਜਿਹੜੀ ਸੰਗਤ ਇੱਥੇ ਮੱਥਾ ਟੇਕਣ ਆ ਰਹੀ ਹੈ ਜੀ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ। ਅਤੇ ਮਾਨਯੋਗ CM ਸਾਹਿਬ ਅਤੇ ਮਾਨਯੋਗ DGP ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ 'ਤੇ ਸੰਗਤਾਂ ਦੀ ਸੁਰੱਖਿਆ ਅਤੇ ਸਹੂਲਤ ਦੀ ਹਰ ਤਰੀਕੇ ਦੇ ਨਾਲ ਧਿਆਨ ਰੱਖਿਆ ਜਾ ਰਿਹਾ ਜੀ। ਅਸੀਂ ਦੇਖ ਰਹੇ ਹਾਂ ਕਿ ਇੱਥੇ ਸੰਗਤਾਂ ਜਿਵੇਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ, ਅਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਬੜੇ ਪਿਆਰ ਦੇ ਨਾਲ, ਸਲੀਕੇ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਕੇ ਜੋ ਰੂਟ ਨੇ ਉਹ ਵੀ ਡਾਈਵਰਟ ਕੀਤੇ ਜਾ ਰਹੇ ਆ। ਅਸੀਂ ਪਹਿਲਾਂ ਦੇਖਦੇ ਸੀ ਕਿ ਇੱਥੇ ਟ੍ਰੈਫਿਕ ਨੂੰ ਲੈ ਕੇ ਬੜੀ ਦਿੱਕਤ ਰਹਿੰਦੀ ਸੀ, ਇਸ ਵਾਰ ਟ੍ਰੈਫਿਕ ਨੂੰ ਲੈ ਕੇ ਕੀ ਪੁਖਤਾ ਪ੍ਰਬੰਧ? ਟ੍ਰੈਫਿਕ ਨੂੰ ਲੈ ਕੇ ਇਸ ਤਰੀਕੇ ਨਾਲ ਹੈ ਜੀ, ਤੁਸੀਂ ਦੇਖ ਸਕਦੇ ਹੋ ਕਿ ਹਾਲ ਦੀ ਘੜੀ ਵੀ ਕੋਈ ਇੱਥੇ ਕਿਤੇ ਟ੍ਰੈਫਿਕ ਜਾਮ ਨਹੀਂ ਹੈ, ਕੋਈ ਕਲੋਕ ਨਹੀਂ ਹੈ। ਇਸ ਤਰੀਕੇ ਨਾਲ ਕੀਤਾ ਗਿਆ ਕਿ ਪੂਰਾ ਸ਼ਹਿਰ 1-way ਬਣਾਇਆ ਗਿਆ, ਕਿਉਂਕਿ ਸੰਗਤ ਇੰਨੀ ਭਾਰੀ ਸੰਖਿਆ 'ਚ ਆਈ ਹੈ ਤਾਂ ਕਦੇ ਕਦੇ ਟ੍ਰੈਫਿਕ ਸਲੋ ਹੋ ਸਕਦਾ, ਪਰ ਇਹਦਾ ਕੋਈ ਟ੍ਰੈਫਿਕ ਜਾਮ ਕਿਸੇ ਤਰੀਕੇ ਦਾ ਨਹੀਂ ਹੈਗਾ, ਕਿਉਂਕਿ ਇੱਕ ਸਿੰਗਲ ਰੂਟ ਬਣਾਇਆ ਗਿਆ ਟ੍ਰੈਫਿਕ ਦੀ ਮੂਵਮੈਂਟ ਲਈ, 1-way ਰੂਟ ਬਣਾਇਆ ਗਿਆ। ਨਾਲ ਹੀ ਜਿਹੜੀ ਕੋਈ ਗੱਡੀ ਆਉਂਦੀ ਹੈ, ਕਿਉਂਕਿ ਹਰ ਸੰਗਤ ਨੇ ਕਿਸੇ ਨਾ ਕਿਸੇ ਸਾਧਨ ਨਾਲ ਇੱਥੇ ਪਹੁੰਚਣਾ ਹੈ, ਕੋਈ ਬੱਸ 'ਤੇ ਆਉਂਦੇ ਨੇ, ਕੋਈ ਗੱਡੀਆਂ 'ਚ ਆਉਂਦੇ ਨੇ, ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਜਿਹੜੀ ਨੇੜੇ ਤੋਂ ਨੇੜੇ ਜਗ੍ਹਾ ਹੈ ਉੱਥੇ ਪਾਰਕਿੰਗ ਦਿੱਤੀ ਗਈ ਹੈ। ਇਸ ਤਰੀਕੇ ਦੇ ਨਾਲ ਜਿਹੜੀ ਸੰਗਤ ਜਿਹੜੀ ਇੱਥੇ ਆ ਰਹੀ ਹੈ ਉਹਨਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਜੀ। ਅਸੀਂ ਦੇਖ ਰਹੇ ਹਾਂ ਕਿ ਇੱਥੇ ਲੋਕਾਂ ਦੀ, ਜੇਕਰ ਮੰਨ ਲਓ ਲੋਕਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਜਾਂ ਉਹਨਾਂ ਨੂੰ ਕਿਸੇ ਹੈਲਪ ਦੀ ਲੋੜ ਹੈ, ਤਾਂ ਕਿਸ ਤਰੀਕੇ ਦੇ ਨਾਲ ਉਹ ਕੰਟੈਕਟ ਜਿਹੜਾ ਕਰ ਸਕਦੇ? ਉਹ ਸੁਣ ਸਕਦੇ ਹੋ ਜੀ, ਦੇਖੋ ਸਮਾਧਾਨ ਕੇਂਦਰ ਹੁਣੇ ਹੀ ਉੱਥੇ ਪਬਲਿਕ ਅਨਾਊਂਸਮੈਂਟ ਤੁਹਾਡੇ ਸਾਹਮਣੇ ਹੀ ਹੋ ਕੇ ਹਟੀ ਹੈ। ਇਹ ਇਸ ਤਰੀਕੇ ਨਾਲ ਹੈ ਜੀ ਕਿ ਜਿਹੜੀ ਵੀ ਸੰਗਤ ਨੂੰ ਕਿਸੇ ਵੀ ਤਰੀਕੇ ਦੀ ਛੋਟੀ ਵੱਡੀ ਮੁਸ਼ਕਿਲ ਆ ਰਹੀ ਹੈ ਉਹ ਪੁਲਿਸ ਆਊਟਪੋਸਟ ਹੈ, ਉੱਥੇ ਲੋਕ ਆ ਸਕਦੇ ਨੇ,
ਜਿੱਦਾਂ ਕੋਈ ਫੈਮਿਲੀ ਤੋਂ ਸੈਪਰੇਟ ਹੋ ਜਾਂਦਾ ਹੈ ਤਾਂ ਉੱਥੇ ਆ ਕੇ ਸਾਡੇ ਕੋਲ ਨੋਟ ਕਰਾਉਂਦੇ ਨੇ, ਅਸੀਂ ਸਾਰੇ ਜਿਹੜੇ ਸਾਡੇ ਸਮਾਧਾਨ ਕੇਂਦਰ ਨੇ ਉੱਥੇ ਅਨਾਊਂਸਮੈਂਟ ਕਰਦੇ ਹਾਂ, ਅਤੇ ਹੁਣ ਤੱਕ ਜਿਹੜੇ ਵੀ ਕੋਈ ਇਹੋ ਜਿਹਾ ਇੰਸੀਡੈਂਟ ਹੋਇਆ ਉਹਨੂੰ ਅਸੀਂ ਥੋੜ੍ਹੀ ਦੇਰ ਦੇ ਵਿੱਚ ਹੀ ਟਰੇਸ ਕਰ ਲੈਂਦੇ ਹਾਂ, ਅਤੇ ਨਾਲ ਹੀ ਕਈ ਵਾਰੀ ਕਿਉਂਕਿ ਸੰਗਤਾਂ ਦੇ ਫੋਨ ਨਹੀਂ ਚੱਲਦੇ ਇੱਥੇ ਤਾਂ ਅਸੀਂ ਥਰੂ ਲੈਂਡਲਾਈਨ ਜਾਂ ਥਰੂ ਕੰਟਰੋਲ ਰੂਮ ਅਸੀਂ ਫੈਮਿਲੀ ਨੂੰ ਵੀ ਅਪਰੋਚ ਕਰਦੇ ਹਾਂ। ਇੱਥੇ ਅਸੀਂ ਆਉਂਦੇ ਦੇਖ ਰਹੇ ਸੀ ਕਿ ਵੀਡੀਓ ਕਾਲ ਦੀ ਵੀ ਜਿਹੜੀ ਹੈ ਸਹੂਲਤ ਉੱਥੇ ਦਿੱਤੀ ਗਈ ਆ, ਉਹ ਕੀ ਉਹ ਜੀ ਕਈ ਵਾਰੀ ਤੁਸੀਂ ਜੇ ਮੰਨ ਲਓ ਕੋਈ ਮਿਸਿੰਗ ਹੈ ਅਤੇ ਉਹਦੀ ਫੋਟੋ ਖਿੱਚ ਕੇ ਅਸੀਂ ਸਾਰੇ ਥਾਂ 'ਤੇ ਫਲੈਸ਼ ਕਰਨੀ ਹੁੰਦੀ ਹੈ ਤਾਂ ਉਹ ਵੀਡੀਓ ਕਾਲ ਦੀ ਪ੍ਰੋਵੀਜ਼ਨ ਹੈ, ਜਾਂ ਕੋਈ ਫੈਮਿਲੀ ਮੈਂਬਰ ਹੈ ਉਹਨਾਂ ਕੋਲ ਆਪਣੀ ਫੈਮਿਲੀ ਦੀ ਫੋਟੋ ਨਹੀਂ ਹੈ ਪਰ ਉਹ ਇਹ ਦਿਖਾਉਣਾ ਚਾਹੁੰਦੇ ਆ ਕਿ ਮੇਰੀ ਫੈਮਿਲੀ ਗੁੰਮ ਹੈ ਤਾਂ ਉਹ ਵੀ ਪ੍ਰੋਵੀਜ਼ਨ ਇੱਥੇ ਦਿੱਤੀ ਗਈ ਹੈ। ਸੋ ਤੁਸੀਂ ਤਸਵੀਰ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਹਮਣੇ ਦਿਖਾ ਦਿੰਦੇ ਹਾਂ ਕਿ ਉੱਥੇ ਪੁਲਿਸ ਦਾ ਕੇਂਦਰ ਬਣਾਇਆ ਗਿਆ, ਹਰ ਇੱਕ ਚੀਜ਼ ਦਾ ਸਮਾਧਾਨ ਜਿਹੜਾ ਤੁਹਾਨੂੰ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਉੱਥੇ ਤੁਸੀਂ ਜਾ ਕੇ ਹੱਲ ਜਿਹੜਾ ਕਰਵਾ ਸਕਦੇ ਹੋ। ਘਰ ਪਰਿਵਾਰ ਜੇਕਰ ਕੋਈ ਗੁੰਮ ਜਾਂਦਾ ਹੈ ਜਾਂ ਬਾਹਰ ਕਿਸੇ ਦੇ ਨਾਲ ਰਾਬਤਾ ਤੁਸੀਂ ਕਾਇਮ ਕਰਨਾ ਤਾਂ ਉੱਥੇ ਆ ਕੇ ਤੁਸੀਂ ਜੋ ਹੈ ਕੰਟੈਕਟ ਪੁਲਿਸ ਦੇ ਨਾਲ ਕਰਕੇ ਆਪਣੀ ਸਹਾਇਤਾ ਜਿਹੜੀ ਉੱਥੋਂ ਲੈ ਸਕਦੇ ਹੋ। ਮੈਮ ਇੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨਤਮਸਤਕ ਹੁੰਦੀਆਂ ਨੇ, ਫਿਰ ਕਈ ਵਾਰੀ ਹੁੰਦਾ ਕਿ ਇੱਥੇ ਕੁਝ ਸੁਖਾਵੀ ਘਟਨਾ ਵੀ ਵਾਪਰ ਜਾਂਦੀਆਂ ਨੇ ਕਿਤੇ ਨਾ ਕਿਤੇ, ਉਹਨਾਂ ਦੇ ਲਈ ਕੀ ਪ੍ਰਬੰਧ ਜਿਹੜੇ ਪੁਲਿਸ ਟੀਮਾਂ ਜੀ ਥਾਂ ਥਾਂ 'ਤੇ ਮੌਜੂਦ ਨੇ, ਅਤੇ ਜੇ ਕੋਈ ਇਹੋ ਜਿਹੀ ਕੋਈ ਸਾਡੇ ਧਿਆਨ ਦੇ ਵਿੱਚ ਕੋਈ ਗੱਲ ਆਉਂਦੀ ਹੈ ਤਾਂ ਅਸੀਂ ਇਮੀਡੀਏਟਲੀ ਉਹਦੀ ਕੰਪਲੇਂਟ ਕਰਦੇ ਹਾਂ ਅਤੇ ਉਹਦੇ ਬਾਰੇ ਅਸੀਂ ਐਕਸ਼ਨ ਕਰਦੇ ਹਾਂ ਜੀ। ਜੇ ਸੰਗਤਾਂ ਨੇ ਰਾਬਤਾ ਕਰਨਾ ਹੋਏ ਕੋਈ ਕੰਟੈਕਟ ਨੰਬਰ ਹੈ ਜਿਹਦੇ 'ਤੇ? 112 ਹੈ ਜੀ ਜਿਹੜਾ ਪੁਲਿਸ ਕੰਟਰੋਲ ਪੁਲਿਸ ਹੈਲਪਲਾਈਨ ਨੰਬਰ ਹੈ ਜੀ, ਉਹ 'ਤੇ ਸਾਨੂੰ ਸਾਰੇ ਉਹਦੇ 'ਤੇ ਹੀ ਫੋਨ ਆ ਰਹੇ ਨੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਇੱਥੇ ਮੋਬਾਈਲ ਚੱਲਦੇ ਨਹੀਂ ਹੈ ਤਾਂ ਇਸ ਕਰਕੇ ਕੋਈ ਮੋਬਾਈਲ ਹੈਲਪਲਾਈਨ ਨੰਬਰ ਇੱਥੇ ਇਨਇਫੈਕਟਿਵ ਹੋ ਜਾਂਦਾ ਹੈ। ਇਸੇ ਗੱਲ ਕਰਕੇ ਹੀ ਸਮਾਧਾਨ ਕੇਂਦਰ ਇਹਦੇ 'ਚ ਖੋਲ੍ਹੇ ਗਏ ਨੇ ਜਿਹਦੇ 'ਚ ਪੁਲਿਸ ਹੈਲਪਲਾਈਨ ਨੰਬਰ ਦਾ ਡਾਇਰੈਕਟਲੀ ਉਹਦੇ ਉੱਤੇ ਉਹ ਰਿਲੇਅ ਕਰਦਾ ਜੀ। ਅਸੀਂ ਦੇਖਦੇ ਕਿ ਸੰਗਤਾਂ ਵਿੱਚ ਇੱਥੇ ਪਹੁੰਚ ਰਹੀਆਂ ਨੇ, ਲੇਕਿਨ ਇੱਥੇ ਕਈ ਵਾਰੀ ਹੁੰਦਾ ਕਿ ਕੋਈ ਚੋਰੀ ਚੁਕਾਰੀ ਦੀ ਘਟਨਾ ਵਾਪਰ ਜਾਂਦੀ ਹੈ ਜਾਂ ਉਹ ਚੀਜ਼ਾਂ 'ਤੇ ਕਿਵੇਂ ਪੁਲਿਸ ਦੇ ਵੱਲੋਂ ਜਿਹੜਾ ਨਜ਼ਰ ਰੱਖੀ? ਮਲਟੀਪਲ ਟੀਮਸ ਨੇ ਜੀ ਇੱਥੇ ਕੰਮ ਕਰ ਰਹੀਆਂ ਨੇ, ਅਸੀਂ ਨਾਲ ਦੀ ਨਾਲ ਪਰਚਾ ਦਰਜ ਕਰਕੇ ਅਰੈਸਟ ਵੀ ਕਰ ਰਹੇ ਹਾਂ ਜੇ ਕੋਈ ਇਹੋ ਜਿਹੀ ਸਾਡੇ ਕੋਲ ਸ਼ਿਕਾਇਤ ਆ ਰਹੀ ਹੈ, ਕਿਉਂਕਿ ਅਸੀਂ ਨਾਲ ਦੀ ਨਾਲ ਐਕਸ਼ਨ ਕਰ ਰਹੇ ਹਾਂ ਜੀ ਇਹੋ ਜਿਹੀ ਵਾਰਦਾਤਾਂ 'ਤੇ ਕਾਫੀ ਠੱਲ ਆਈ ਹੈ ਜੀ। ਬਿਲਕੁਲ, ਇੱਥੇ ਦਿਖਾਉਣਾ ਚਾਹਾਂਗੀ ਇੱਕ ਵਾਰੀ ਰੂਮ ਜਿੱਥੇ ਸਾਰਾ ਜਿਹੜਾ ਦੇਖਿਆ ਜਾਂਦਾ ਹੈ ਕਿ ਡਰੋਨ ਦੇ ਰਾਹੀਂ ਨਜ਼ਰ ਰੱਖੀ ਜਾਂਦੀ ਹੈ ਹਰ ਇੱਕ ਚੀਜ਼ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਕੋਈ ਘਟਨਾ ਜਿਹੜੀ ਨਾ ਵਾਪਰ ਜਾਵੇ। ਹਰ ਇੱਕ ਟੀਮ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ, ਇੱਥੇ ਡਰੋਨ ਕੰਟਰੋਲ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ, ਅਤੇ ਡਰੋਨ ਦੇ ਰਾਹੀਂ ਜਿਹੜਾ ਇਸ ਤਰੀਕੇ ਦੇ ਨਾਲ ਹਰ ਇੱਕ ਚੀਜ਼ 'ਤੇ ਨਜ਼ਰ ਜਿਹੜੀ ਰੱਖੀ ਜਾ ਰਹੀ ਹੈ। ਸੋ ਇੱਥੇ ਦਿਖਾਵਾਂਗੇ ਤੁਹਾਨੂੰ ਕਿ ਟੀਮ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਟੀਮ ਦੇ ਵੱਲੋਂ ਕਿਵੇਂ ਡਰੋਨ ਦੇ ਰਾਹੀਂ ਜਿਹੜੀ ਹਰ ਇੱਕ ਚੀਜ਼ 'ਤੇ ਨਜ਼ਰ ਜਿਹੜੀ ਰੱਖੀ ਜਾ ਰਹੀ ਹੈ। ਸੋ ਤੁਸੀਂ ਵੇਖ ਸਕਦੇ ਹੋ ਕਿ ਇਹ ਡਰੋਨ ਜੋ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੋਂ ਉੱਪਰੋਂ ਹਰ ਇੱਕ ਤਸਵੀਰ ਨੂੰ ਜਿਹੜਾ ਦੇਖਿਆ ਜਾ ਸਕਦਾ। ਇੱਥੇ ਗੱਲਬਾਤ ਵੀ ਨਾਲ ਕਰਾਂਗੇ ਕਿ ਕਿੰਨੀ ਸਰ ਇੱਥੇ ਹੁਣ ਡਰੋਨ ਜਿਹੜਾ ਕਿਸ ਪੋਜੀਸ਼ਨ ਦੇ ਉੱਤੇ? ਇਸ ਟਾਈਮ ਜੋਤੀ ਸਰੂਪ ਗੁਰਦੁਆਰਾ ਦਾ ਨੀਅਰ ਆਪਾਂ ਸਰਚ ਕਰ ਰਹੇ ਹਾਂ ਉੱਥੇ ਜੀ, ਉੱਥੇ ਜੋ ਪਾਰਕਿੰਗ ਵਗੈਰਾ ਜੋ ਨਾਕਾ ਉਹਨਾਂ ਨੂੰ ਆਪਾਂ ਚੈੱਕ ਕਰ ਰਹੇ ਹਾਂ ਪ੍ਰੋਪਰ, ਜਿੱਦਾਂ SSP ਸਾਹਿਬ ਸਾਨੂੰ ਕਹਿ ਰਹੇ ਨੇ। ਹਾਂਜੀ, ਬਾਕੀ 2 ਡਰੋਨ ਨੇ ਸਾਡੇ ਕੋਲ ਅਤੇ ਆਪਾਂ 5 ਕਿਲੋਮੀਟਰ ਦਾ ਏਰੀਆ ਆਪਾਂ ਚੈੱਕ ਕਰ ਸਕਦੇ ਹਾਂ। ਸਾਡੇ ਕੋਲ ਡੇ ਟਾਈਮ ਕੈਮਰਾਜ਼ ਨੇ, ਬਾਕੀ ਸਾਰੀ ਡੇ ਟਾਈਮ ਇੱਥੇ ਹੀ ਆਪਾਂ ਕਰਦੇ ਹਾਂ।
ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਡਰੋਨ ਦੇ ਰਾਹੀਂ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਚੱਪੇ ਚੱਪੇ 'ਤੇ ਨਜ਼ਰ ਜਿਹੜੀ ਰੱਖੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀਂ ਘਟਨਾ ਜਿਹੜਾ ਇਸ ਦੇ ਵਿੱਚ ਨਾ ਵਾਪਰ ਜਾਵੇ, ਹਰ ਇੱਕ ਚੀਜ਼ ਦਾ ਬੜੀ ਹੀ ਬਾਰੀਕੀ ਦੇ ਨਾਲ ਪੁਲਿਸ ਦੇ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸੋ ਹਰ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਇੱਕ ਛੋਣੀ ਜਿਹੜੀ ਉੱਪਰ ਬਣਾਈ ਗਈ ਹੈ, ਉਸੇ 'ਤੇ ਨਜ਼ਰ ਜਿਹੜੀ ਹਰ ਇੱਕ ਪਾਸੇ ਰੱਖੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੀ ਬਿਲਕੁਲ ਨਾਲ ਇਹ ਬਣਾਇਆ ਗਿਆ, ਸਾਹਮਣੇ ਸਮਾਧਾਨ ਕੇਂਦਰ ਬਣਾਇਆ ਗਿਆ, ਪੁਲਿਸ ਦਾ ਕੇਂਦਰ ਹੈ। ਉੱਥੇ ਤੁਸੀਂ ਸੂਚਨਾ ਲੈ ਕੇ ਜਿਹੜਾ ਕੋਈ ਵੀ ਸਮਾਧਾਨ, ਜੇਕਰ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਤਾਂ ਤੁਸੀਂ ਉੱਥੇ ਜਾ ਕੇ ਆਪਣੀ ਸਮੱਸਿਆ ਦਾ ਹੱਲ ਜਿਹੜਾ ਕਰਵਾ ਸਕਦੇ ਹੋ। ਨੰਬਰ ਜਿਹੜਾ 112 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪੁਲਿਸ ਦੇ ਨਾਲ। ਸੋ ਹਰ ਇੱਕ ਚੀਜ਼ 'ਤੇ ਨਜ਼ਰ ਜਿਹੜੀ ਰੱਖੀ ਜਾ ਰਹੀ, ਸੋ ਪੁਲਿਸ ਦੇ ਵੱਲੋਂ ਬੜੇ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ। ਜੇਕਰ ਤੁਸੀਂ ਇੱਥੇ ਪਹੁੰਚਦੇ ਹੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੁੰਦੀ ਹੈ, ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜੋ ਹੈ ਉੱਥੇ ਪੁਲਿਸ ਮੌਜੂਦ ਹੈ, ਉਹਨਾਂ ਤੋਂ ਸਮਾਧਾਨ ਕੇਂਦਰ ਸਾਹਮਣੇ ਉੱਥੇ ਤੁਸੀਂ ਹੈਲਪ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਜੁੜੇ ਰਹੋ 10 ਅਮਰ ਨਿਊਜ਼ ਦੇ ਨਾਲ।